ਹਾਦਸਾ ਦਿੱਲੀ ਵਿੱਚ ਵਾਪਰ ਗਿਆ ਔਰ ਲਗਾਤਾਰ 3-4 ਦਿਨ ਤੋਂ ਵਾਪਰ ਗਿਆ। ਰੱਬ ਸੁੱਖ ਰੱਖੇ, ਪਤਾ ਨਹੀਂ ਕੀ ਅਗਾਂਹ ਹੋਣਾ। ਉਹ ਸ਼ਰਾਰਤੀ ਅੰਸਰ ਹਿੰਦੂ ਆ, ਮੁਸਲਮਾਨ ਆ, ਉਹ ਸ਼ਰਾਰਤੀ ਅੰਸਰ। ਹਾਂਜੀ, ਸਤਿ ਸ਼੍ਰੀ ਅਕਾਲ ਦੋਸਤੋ। ਦਿੱਲੀ ਦੇ ਜੋ ਹਾਲਾਤ ਨੇ ਉਹਨੂੰ ਸਾਰਿਆਂ ਨੂੰ ਪਤਾ ਕਿ ਉਹ ਘਰ ਦੇ ਵਿੱਚ ਅਖਬਾਰ ਆਉਂਦੀ ਹੈ, ਤੁਸੀਂ ਯੂਟਿਊਬ ਦੇਖਦੇ ਹੋ, ਟੀ ਵੀ ਚੈਨਲ ਦੇਖਦੇ ਹੋ। ਉਹ ਦਿਨ ਜਦੋਂ ਦੁਨੀਆ ਦੀ ਮਹਾਨ ਸ਼ਕਤੀ ਦਿੱਲੀ ਦੇ ਵਿੱਚ ਆਈ ਹੋਵੇ ਅਤੇ ਇੱਕ ਪਾਸੇ ਦੰਗੇ ਪਸਾਦ ਹੋ ਜਾਣ ਔਰ ਜੋ ਸਾਡੀ ਸਰਕਾਰ ਹੈ ਉਸਨੂੰ 3 ਦਿਨ ਬਾਅਦ ਪਤਾ ਲੱਗੇ ਕਿ ਇੱਥੇ ਦੰਗੇ ਪਸਾਦ ਹੋ ਚੁੱਕੇ ਹੈ ਔਰ ਕਿੰਨੇ ਲੋਕ ਮੌਤ ਦੇ ਘਾਟ ਉੱਤਰ ਗਏ ਨੇ। ਨਕੋਦਰ ਦੇ ਸਮਾਜ ਸੇਵਕ ਗੌਰਵ ਜਨ ਸਾਡੇ ਨਾਲ ਨੇ, ਵਿਚਾਰ ਚਰਚਾ ਕਰਾਂਗੇ, ਗੱਲਬਾਤ ਕਰਾਂਗੇ। ਗੌਰਵ ਸਾਹਿਬ, ਸਭ ਤੋਂ ਪਹਿਲਾਂ ਤੁਹਾਡਾ ਬਹੁਤ ਸਵਾਗਤ ਜੀ। ਬਹੁਤ ਧੰਨਵਾਦ ਸਪੋਰਟਰ ਦਾ ਜੀ। ਜੋ ਇੰਨੇ ਹਾਲਾਤ ਮਾੜੇ ਨੇ, 72 ਹਾਲਾਤ ਹੋ ਚੁੱਕੇ, ਕੀ ਕਾਰਨ ਬਣਦਾ ਤੁਹਾਡੇ ਹਿਸਾਬ ਦੇ ਨਾਲ? ਜਿੰਨਾ ਮੰਦਭਾਗੀ ਘਟਨਾਵਾਂ ਹੋਈਆਂ, ਕੀ ਸਮਝਦਾ ਤੁਸੀਂ? ਦੇਖੋ, ਇਸ ਬਾਰੇ ਪਹਿਲਾਂ ਤਾਂ ਮੈਂ ਬਹੁਤ ਦੁੱਖ ਪ੍ਰਗਟਾਵਾ ਕਰਦਾ ਹਾਂ। ਜਿੰਨੇ ਵੀ ਤੁਹਾਡੇ ਸ਼ਰੋਤੇ ਦੇਖ ਰਹੇ ਨੇ, ਇਸ ਗੱਲ ਦਾ ਬਹੁਤ ਹੀ ਦੁੱਖ ਆ ਕਿ ਐਡਾ ਵੱਡਾ ਹਾਦਸਾ ਦਿੱਲੀ ਵਿੱਚ ਵਾਪਰ ਗਿਆ ਔਰ ਲਗਾਤਾਰ 3-4 ਦਿਨ ਤੋਂ ਵਾਪਰ ਰਿਹਾ। ਜੋ ਵੀ ਹਾਲਾਤ ਉੱਥੇ ਬਣੇ ਨੇ ਉਹ ਜਗਜਾਹਿਰ ਨੇ, ਸਾਰਿਆਂ ਨੂੰ ਪਤਾ ਹੈ। ਅਮਰੀਕਾ ਦੇ ਰਾਸ਼ਟਰਪਤੀ ਦਿੱਲੀ ਸੀ, ਜਿਸ ਦਿਨ ਇਹ ਸਭ ਤੋਂ ਜ਼ਿਆਦਾ ਹਾਲਾਤ ਉੱਥੇ ਮਾੜੇ ਰਹੇ ਆ। 24, 25, 26, 27 ਲਗਾਤਾਰ, ਹੁਣ ਤਾਂ ਚਲੋ 4-5 ਦਿਨ ਹੋ ਗਏ ਇਸ ਗੱਲ ਨਾਲ। ਅੱਜ ਜੋ ਸੁਣਦੇ ਹਾਂ ਅਸੀਂ, ਤਕਰੀਬਨ 30-40 ਮੌਤਾਂ ਦਿੱਲੀ ਵਿੱਚ ਹੋ ਚੁੱਕੀਆਂ। ਸੈਂਕੜਿਆਂ ਮਕਾਨ, ਕਾਰਾਂ, ਗੱਡੀਆਂ, ਸਕੂਟਰ ਅੱਗ ਦੇ ਭੇਟ ਚੜ੍ਹ ਚੁੱਕੇ ਆ। ਇਹ ਬਹੁਤ ਹੀ ਮੰਦਭਾਗੀ ਘਟਨਾ, ਇਸ ਗੱਲ 'ਤੇ ਅਸੀਂ ਵੀ ਬਹੁਤ ਦੁੱਖ ਪਟਾਵਾ ਕਰਦੇ ਹਾਂ ਆਪਣੇ ਵੱਲੋਂ। ਦੇਖੋ ਜੀ, ਖੁਫੀਆ ਏਜੰਸੀ ਵੀ ਹੋਣਗੀਆਂ ਕਿ ਇੰਟੈਲੀਜੈਂਸੀਆਂ ਵੀ ਹੋਣਗੀਆਂ, ਜੇਕਰ ਅੰਦਰ ਬੰਬ ਬਣੀ ਹੁੰਦੀ ਹੈ, ਪੈਟਰੋਲ ਬੰਬ ਅੰਦਰ ਜਾਂਦੇ ਆ, ਅਤੇ ਕੀ ਲੱਗਦਾ ਕਿ ਖੁਫੀਆ ਏਜੰਸੀਆਂ ਇੰਟੈਲੀਜੈਂਸੀ ਨੂੰ ਪਤਾ ਨਹੀਂ ਲੱਗੇ? ਦੇਖੋ, ਇਹਦੇ 'ਚ ਮੈਨੂੰ ਕਹਿਣ 'ਚ ਕੋਈ ਹਰਸ਼ਾ ਨਹੀਂ ਹੈ। ਦਿੱਲੀ ਪੁਲਿਸ ਦੀ ਬਹੁਤ ਵੱਡੀ ਨੈਗਲੈਂਸੀ ਰਹੀ ਹੈ। ਇੱਕ ਐਡਾ ਵੱਡਾ ਦੇਸ਼ ਦਾ ਰਾਸ਼ਟਰਪਤੀ ਦਿੱਲੀ 'ਚ ਹੋਵੇ ਔਰ ਐਡਾ ਵੱਡਾ ਹਾਦਸਾ ਉੱਥੇ ਏਰੀਏ ਦੇ ਵਿੱਚ ਹੋ ਜਾਵੇ, ਇਹ ਦਿੱਲੀ ਪੁਲਿਸ ਦੀ ਬਹੁਤ ਵੱਡੀ ਨਲਾਇਕੀ ਰਹੀ ਆ। ਬਾਕੀ ਮੈਂ ਕਹਿਣਾ ਚਾਹੂੰਗਾ, ਸ਼ਰਾਰਤੀ ਅਨਸਰ ਆਪਣਾ ਕੰਮ ਕਰਦੇ ਆ, ਕਰਕੇ ਚਲੇ ਜਾਂਦੇ ਆ, ਪਰ ਭੋਗਣੀਆਂ ਬਾਅਦ 'ਚ ਉਹਨਾਂ ਨੂੰ ਪੈਂਦੀਆਂ ਜਿਹਨਾਂ ਦੇ ਪਰਿਵਾਰਾਂ ਦੇ ਜੀਅ ਚਲੇ ਜਾਂਦੇ ਆ, ਜਿਹਨਾਂ ਦਾ ਜਾਨੀ ਔਰ ਮਾਲੀ ਨੁਕਸਾਨ ਹੁੰਦਾ। ਜਿੱਦਾਂ ਕਿ ਮੈਂ ਤੁਹਾਨੂੰ ਜਿਹੜੀ ਤੁਸੀਂ ਗੱਲ ਕੀਤੀ, ਇਸ ਰਿਲੇਟਡ ਗੱਲ ਕਰਨਾ ਚਾਹੁੰਦਾ। ਹਾਂਜੀ, ਜਦੋਂ ਕੋਈ ਪੈਟਰੋਲ ਪੰਪ ਸਿੱਟਦਾ ਕਿਸੇ ਦੇ ਉੱਤੇ, ਉਹ ਭੀੜ 'ਚ ਇਹ ਨਹੀਂ ਦੇਖਦਾ ਵੀ ਇਹ ਹਿੰਦੂ ਆ, ਇਹ ਮੁਸਲਮਾਨ ਆ, ਇਹ ਸਿੱਖ ਆ। ਉਹ ਪੈਟਰੋਲ ਪੰਪ ਨੇ ਸਾਰਿਆਂ 'ਤੇ ਅਸਰ ਕਰਨਾ। ਜਦੋਂ ਕਿਸੇ ਆਪਾਂ ਮਕਾਨ ਨੂੰ ਅੱਗ ਲਾਉਂਦੇ ਹਾਂ, ਉਹਦੀ ਪਹਿਲੀ ਮੰਜ਼ਿਲ 'ਤੇ ਕੌਣ ਆ, ਦੂਜੀ ਮੰਜ਼ਿਲ 'ਚ ਕੌਣ ਆ, ਤੀਜੀ ਮੰਜ਼ਿਲ 'ਚ ਕੌਣ ਆ, ਉਹ ਇਹ ਚੀਜ਼ ਅੱਗ ਨਹੀਂ ਦੇਖਦੀ। ਉਹਦੇ ਵਾਸਤੇ ਹਿੰਦੂ ਵੀ ਉਹ ਆ, ਸਿੱਖ ਵੀ ਉਹ ਆ, ਮੁਸਲਮਾਨ ਵੀ ਉਹ ਆ, ਉਹ ਸਾਰਿਆਂ ਨੂੰ ਆਪਣੀ ਚਪੇਟ 'ਚ ਲੈਂਦੀ ਆ। ਇਹ ਜਿਹੜੀ ਘਟਨਾ ਵਾ, ਮੈਂ ਤਾਂ ਇਹ ਕਹੂੰਗਾ ਵੀ ਦਿੱਲੀ ਪੁਲਿਸ ਬਹੁਤ ਵੱਡੀ ਨੈਗਲੈਂਸੀ ਰਹੀ ਆ, ਜਿਹੜੀ ਐਡੀ ਵੱਡੀ ਘਟਨਾ ਵਾਪਰੀ ਔਰ 3 ਦਿਨ ਬਾਅਦ ਦਿੱਲੀ ਪੁਲਿਸ ਨੇ ਸੁਧ ਲਈ ਇਸ ਚੀਜ਼ ਦੀ। ਇਹਦੇ 'ਚ ਇੱਕ ਗੱਲ ਹੋਰ ਕਹਿਣਾ ਚਾਹੁੰਦਾ, ਹਾਂਜੀ, ਇਹਦੇ ਦਿੱਲੀ ਪੁਲਿਸ ਦਾ ਮੁਲਾਜ਼ਮ ਵੀ ਇੱਕ ਸ਼ਹੀਦ ਹੋਇਆ, ਹਾਂਜੀ, ਇਹਦੇ 'ਚ IB ਦਾ ਮੁਲਾਜ਼ਮ ਵੀ ਇੱਕ ਸ਼ਹੀਦ ਹੋਇਆ, ਉਹਨਾਂ ਦੇ ਪ੍ਰਤੀ ਵੀ ਸਾਨੂੰ ਬਹੁਤ ਦੁੱਖ ਆ। ਦੇਖੋ, ਜਦੋਂ ਸਾਰੀ ਘਟਨਾਕ੍ਰਮ ਦਾ ਪਤਾ ਲੱਗ ਜਾਂਦਾ, ਕੈਮਰੇ ਦੇ ਵਿੱਚ CCTV ਫੋਟੋਆਂ ਦੇ ਵਿੱਚ ਸਭ ਕੁਝ ਕੈਦ ਹੋ ਜਾਂਦਾ, ਤਾਂ ਫਿਰ ਉਸ ਤੋਂ ਬਾਅਦ ਜੋ ਜੱਜ ਆ ਉਸਦਾ ਤਬਾਦਲਾ ਕਰ ਦਿੱਤਾ ਜਾਂਦਾ, ਉਸਦਾ ਕਾਰਨ ਕੀ ਮੰਨਦੇ ਹੋ ਤੁਹਾਡੇ ਨਜ਼ਰ ਨਾਲ? ਦੇਖੋ, ਇਸ ਗੱਲ ਦੀ ਜਿਹੜੀ ਜਾਣਕਾਰੀ ਸਾਨੂੰ ਵੀ ਪੇਪਰਾਂ 'ਚ ਪੜ੍ਹ ਕੇ ਹੋਈ ਆ, TV ਦੇਖ ਕੇ ਹੋਈ ਆ, ਹਾਂਜੀ, ਜੋ ਗੌਰਮੈਂਟ ਕਹਿ ਰਹੀ ਆ ਵੀ ਜੱਜ ਦਾ ਜਿਹੜਾ ਤਬਾਦਲਾ ਵਾ ਇਸ ਪ੍ਰੋਸੈਸ ਤੋਂ ਪਹਿਲਾਂ ਹੋ ਚੁੱਕਾ ਸੀ,
ਪਰ ਜੋ ਓਪਰੇਸ਼ਨ ਪਾਰਟੀਆਂ ਕਹਿ ਰਹੀਆਂ ਜਾਇਦਾਦ ਤਬਾਦਲਾ ਜਿਸ ਕੋਲ ਜਾਂਚ ਸੀਗੀ ਉਹ 26 ਤਰੀਕ ਨੂੰ ਸਵੇਰੇ ਕੀਤਾ ਗਿਆ। ਇਹਦੀ ਜਾਂਚ ਤਾਂ ਜ਼ਰੂਰ ਹੋਣੀ ਚਾਹੀਦੀ ਵੀ ਸੱਚ ਕੌਣ ਬੋਲ ਰਿਹਾ ਝੂਠ ਕੌਣ ਬੋਲ ਰਿਹਾ। ਲੱਗਦਾ ਨਹੀਂ ਕਿ ਸ਼ਰੇਆਮ ਜੋ ਦੋਸ਼ੀਆਂ ਨੂੰ ਬਚਾਇਆ ਜਾ ਰਿਹਾ ਇੱਥੇ? ਦੇਖੋ ਮੈਂ ਤਾਂ ਇਹ ਕਹੂੰਗਾ ਜੇ ਤਾਂ ਇਹ ਰੂਟੀਨ ਪ੍ਰੋਸੈਸ 'ਚ ਤਬਾਦਲਾ ਹੋਇਆ ਵਾ ਅਤੇ ਇਸ ਨੂੰ ਮੈਂ ਦੋਸ਼ ਨਹੀਂ ਦੇ ਸਕਦਾ। ਜੇ ਵਾਕਈ ਇਸ ਚੀਜ਼ ਨੂੰ ਦੇਖਦੇ ਹੋਇਆ ਬਈ ਉਸ ਦੰਗੀਆਂ ਜਾਂਚ ਉਸ ਜੱਜ ਕੋਲ ਸੀਗੀ ਜਿਹੜਾ ਜੱਜ ਬਹੁਤ ਸਖਤ ਆ ਔਰ ਬਹੁਤ ਹੀ ਵਧੀਆ ਫੈਸਲੇ ਉਹਨੇ ਲਏ ਆ ਵੀ ਫੌਰੀ ਤੌਰ 'ਤੇ ਕਰ ਦਿੱਤਾ ਗਿਆ, ਫਿਰ ਇਹ ਸਰਕਾਰ ਵਾਸਤੇ ਬਹੁਤ ਮਾੜੀ ਗੱਲ ਆ। ਦੇਖੋ ਜੀ ਉੱਥੇ ਪੂਰਾ ਸਾਰਿਆਂ ਨੂੰ ਅਸੀਂ ਮਾੜਾ ਵੀ ਨਹੀਂ ਕਹਾਂਗੇ, ਮੀਡੀਆ ਵੀ ਉੱਥੇ ਪਹੁੰਚਿਆ ਔਰ ਕੁਝ ਮੀਡੀਆ ਦਾ ਕਹਿਣਾ ਕਿ ਜੋ ਦੰਗੇ ਫਸਾਦ ਹੋਏ ਮੁਸਲਮਾਨ ਔਰ ਹਿੰਦੂ ਜੋ ਧਰਮ ਹੈ ਆਪਸ 'ਚ ਲੜ ਪਿਆ, ਪਰ ਸੀਨੀਅਰ ਪੱਤਰਕਾਰ ਸਿਮਰਜੀਤ ਸਿੰਘ ਵੀ ਉੱਥੇ ਪਹੁੰਚੇ, ਉਹਨਾਂ ਨੇ ਜਦੋਂ ਗੱਲਬਾਤ ਕੀਤੀ ਤਾਂ ਅਸੀਂ ਵੀ ਗੱਲਬਾਤ ਸੁਣੀ। ਉੱਥੇ ਹਿੰਦੂ ਔਰ ਮੁਸਲਮਾਨ ਤਾਂ ਕਹਿ ਰਹੇ ਸੀ ਕਿ ਸਾਡੇ ਆਪਸ 'ਚ ਕੋਈ ਲੜਾਈ ਨਹੀਂ ਹੈ। ਜਦੋਂ ਇੱਕ ਮਹੱਲੇ ਦੇ ਵਿੱਚ ਕੋਈ ਰਹਿੰਦਾ ਤਾਂ ਆਪਾਂ ਨੂੰ ਪਤਾ ਹੁੰਦਾ ਵੀ ਇੱਥੇ ਆਹ ਘਰ ਵੱਸਦਾ, ਇੱਥੇ ਹਿੰਦੂ ਹੈ, ਇੱਥੇ ਮੁਸਲਮਾਨ ਹੈ, ਪਰ ਉਹਨਾਂ ਨੂੰ ਤਾਂ ਇਹ ਵੀ ਪਤਾ ਨਹੀਂ ਕਿ ਦੰਗੇ ਕਰਨ ਨੂੰ ਕੌਣ ਆਏ ਔਰ ਕੌਣ ਦੰਗੇ ਕਰਕੇ ਚਲੇ ਗਏ। ਦੇਖੋ ਮੈਂ ਇੰਟਰਵਿਊ ਸਟਾਰਟਿੰਗ ਵਿੱਚ ਸ਼ਰਾਰਤੀ ਅੰਸਰ, ਹਾਂਜੀ ਉਹ ਸ਼ਰਾਰਤੀ ਅੰਸਰ ਹਿੰਦੂ ਆ ਮੁਸਲਮਾਨ ਆ ਉਹ ਸ਼ਰਾਰਤੀ ਅੰਸਰ ਆ, ਹਾਂਜੀ ਉਹ ਕੋਈ ਹੋਵੇ। ਉਹਨੇ ਸ਼ਰਾਰਤੀ ਅੰਸਰ ਨੇ ਲੋਕਾਂ ਦੀਆਂ ਦੁਕਾਨਾਂ ਵੀ ਲੁੱਟੀਆਂ, ਲੋਕਾਂ ਦੇ ਮਕਾਨਾਂ ਨੂੰ, ਲੋਕਾਂ ਦੀ ਕਾਰਾਂ ਨੂੰ, ਲੋਕਾਂ ਦੇ ਪੈਟਰੋਲ ਪੰਪਾਂ ਨੂੰ, ਕਾਰੋਬਾਰ ਨੁਕਸਾਨ ਵੀ ਕੀਤਾ। ਸ਼ਰਾਰਤੀ ਅੰਸਰ ਆਪਣਾ ਕੰਮ ਕਰਕੇ ਚਲੇ ਗਿਆ, ਪਰ ਭੁਗਤਣਾ ਕਿਹਨੂੰ ਪੈ ਰਿਹਾ? ਪਿੱਛੇ ਆਉਣ ਵਾਲੀ ਜਨਰੇਸ਼ਨ ਨੂੰ, ਆਮ ਲੋਕਾਂ ਨੂੰ, ਦਿੱਲੀ ਨੂੰ, ਹਿੰਦੁਸਤਾਨ ਨੂੰ। ਹਿੰਦੁਸਤਾਨ ਦੀ ਛਵੀ ਇਸ ਕਾਰਨ ਕਰਕੇ ਕਿੰਨੀ ਵਰਲਡ ਦੇ ਵਿੱਚ ਖਰਾਬ ਹੋਈ ਹੈ, ਤੁਹਾਨੂੰ ਇਸ ਗੱਲ ਦਾ ਅੰਦਾਜ਼ਾ ਹੋਣਾ ਚਾਹੀਦਾ। ਔਰ ਮੈਂ ਇਹ ਕਹੂੰਗਾ ਜਦੋਂ ਇਹ ਕੰਮ ਮਗਿਆ ਸੀਗਾ ਦਿੱਲੀ ਪੁਲਿਸ ਨੇ ਜਾਂ ਦਿੱਲੀ ਗੌਰਮੈਂਟ ਨੇ ਜਾਂ ਕੇਂਦਰ ਸਰਕਾਰ ਨੇ, ਉਹ 'ਤੇ ਨਕੇਲ ਕਿਉਂ ਨਹੀਂ ਪਾਈ? ਥੋੜ੍ਹੇ ਦਿਨ ਪਹਿਲਾਂ ਇਲੈਕਸ਼ਨ ਉਹ ਖੱਟਿਆ ਔਰ ਜੋ ਦਿੱਲੀ ਦੇ ਲੋਕ ਸੀ ਜਿਸ ਦਾ ਫਤਵਾ ਕੇਂਦਰੀ ਸਰਕਾਰ ਨੂੰ ਦੇ ਕੇ ਉਹਨੂੰ ਜਿਤਾਇਆ, ਪਰ ਉਸ ਤੋਂ ਬਾਅਦ ਜਦੋਂ ਦੰਗੇ ਪਸਾਦ ਹੋ ਰਹੇ ਸੀ ਵੋਟਾਂ ਵਾਲੇ ਤਾਂ ਸਾਰੇ ਕੇਂਦਰੀ ਸਰਕਾਰ ਜੋ ਨੁਮਾਇੰਦੇ ਸੀ MLA ਉਹ ਵੀ ਆਏ, ਪਰ ਉਸ ਤੋਂ ਬਾਅਦ ਕਾਫ਼ੀ ਲੇਟ ਜ਼ਿਆਦਾ ਬੋਲਦੇ ਹੋ, ਮੀਡੀਆ ਸਾਰੇ ਲੇਟ ਆਉਂਦੇ ਆ, ਕੀ ਕਰ? ਦੇਖੋ ਜੋ ਨੁਕਸਾਨ ਹੋਇਆ ਹਾਂਜੀ ਦਿੱਲੀ ਦੇ ਲੋਕਾਂ ਦਾ, ਉਹਨਾਂ ਨੂੰ ਪ੍ਰਮੁੱਖਤਾ ਨਾਲ ਮੋਹਰੇ ਆ ਕੇ ਇਹਨੂੰ ਡਿਫੈਂਡ ਕਰਨਾ ਚਾਹੀਦਾ ਸੀ, ਇਹਦੀ ਵਿਰੋਧਤਾ ਕਰਨੀ ਚਾਹੀਦੀ, ਕੀਤੀ ਹਾਂਜੀ, ਪਰ ਸਮਾਂ ਲੰਘਣ ਤੋਂ ਬਾਅਦ ਕੀਤੀ ਉਹਨੇ ਸਮਾਂ ਲੰਘਣ ਤੋਂ ਬਾਅਦ, ਹਾਂਜੀ ਚਾਹੇ ਉਹ ਕੇਂਦਰ ਸਰਕਾਰ ਆ ਚਾਹੇ ਉਹ ਦਿੱਲੀ ਦੀ ਚੁਣੀ ਹੋਈ ਸਰਕਾਰ ਆ, ਇਹਨਾਂ ਨੇ ਜਿਹੜਾ ਉਹਨੂੰ ਡਿਫੈਂਡ ਲੇਟ ਕੀਤਾ। ਅੱਜ ਆਪਾਂ ਮੁਆਵਜ਼ੇ ਦਾ ਐਲਾਨ ਕਰ ਦਿੰਦੇ ਹਾਂ ਵੀ ਜਿਹੜਾ ਇਹ 'ਚ ਬੰਦਾ ਮਰਿਆ ਵਾ ਉਹਨੂੰ 10 ਲੱਖ ਰੁਪਈਆ, ਜਿਹੜਾ ਇੰਜਰਡ ਹੋਇਆ ਵਾ ਉਹਨੂੰ 2 ਲੱਖ ਰੁਪਈਆ, ਜਿਹਨਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ, ਮਕਾਨ ਸੜ ਗਿਆ ਉਹਨੂੰ 5 ਲੱਖ ਰੁਪਈਆ। ਇਹ ਚੀਜ਼ਾਂ ਨੂੰ ਪਹਿਲਾਂ ਰੋਕਿਆ ਜਾ ਸਕਦਾ ਸੀਗਾ, ਇਹ ਨਹੀਂ ਰੋਕਿਆ ਗਿਆ। ਦੇਖੋ ਇਹ ਜਾਂਚ ਦਾ ਵਿਸ਼ੇ ਹੈ ਮੇਰੇ ਹਿਸਾਬ ਨਾਲ, ਤਾਂ ਦੇਖੋ ਇੰਡੀਆ ਦਾ ਇੱਕ ਦਸਤੂਰ ਬਣ ਚੁੱਕਾ, ਜਦੋਂ ਕੋਈ ਹਾਦਸਾ ਵਾਪਰਦਾ, ਹਾਦਸਾ ਵਾਪਰਨ ਤੋਂ ਬਾਅਦ 5 ਲੱਖ 2 ਲੱਖ 3 ਲੱਖ ਰੁਪਏ ਦੇ ਕੇ ਉਸਦੀ ਵਾਹਵਾ ਖੱਟੀ ਜਾਂਦੀ ਹੈ, ਉਸ ਨੂੰ ਪਹਿਲਾਂ ਸਹੀ ਕਿਉਂ ਨਹੀਂ ਕੀਤਾ ਜਾਂਦਾ? ਮੈਂ ਤੁਹਾਨੂੰ ਉਹੀ ਕਹਿ ਰਿਹਾ, ਸਰਕਾਰਾਂ ਹਰ ਚੀਜ਼ ਕਰ ਸਕਦੀਆਂ, ਸਰਕਾਰਾਂ ਸਭ ਕੁਝ ਕਰ ਸਕਦੀਆਂ। ਇੱਕ ਛੋਟੀ ਜਿਹੀ ਮੂਵਮੈਂਟ ਤੋਂ ਐਡੀ ਵੱਡੀ ਮੂਵਮੈਂਟ ਬਣ ਗਈ ਇਹ, ਇਹਨੂੰ ਕਿਉਂ ਮੰਨ ਦਿੱਤਾ ਗਿਆ? ਇੱਕ ਛੋਟੇ ਜਿਹੇ ਧਰਨੇ ਨੂੰ ਤੁਸੀਂ ਸਾਂਭ ਨਹੀਂ ਸਕੇ ਔਰ ਉਹ ਐਡਾ ਵੱਡਾ ਰੂਪ ਧਾਰਨ ਕਰ ਗਈ ਜਿਹ 'ਚ 40 ਜਾਨਾਂ ਜਾ ਚੁੱਕੀਆਂ, ਹਾਲੇ ਕਿੰਨੇ ਹਸਪਤਾਲਾਂ 'ਚ ਪਏ ਆ, ਰੱਬ ਸੁੱਖ ਰੱਖੇ, ਪਤਾ ਨਹੀਂ ਕੀ ਅਗਾਂਹ ਹੋਣਾ। ਆਪਾਂ ਹੁਣ ਉਸ ਚੀਜ਼ ਨੂੰ ਸਮਝਦੇ ਹੋਏ ਹਾਲਾਤ ਨੂੰ ਕੰਟਰੋਲ ਕਰੀਏ। ਹਿੰਦੂ ਸਿੱਖ ਜਾਂ ਮੁਸਲਮਾਨ ਦੀ ਕੋਈ ਲੜਾਈ ਨਹੀਂ, ਲੜਾਈ ਉਹ ਸ਼ਰਾਰਤੀ ਅੰਸਰਾਂ ਦੀ ਹੈ, ਲੜਾਈ ਉਹ ਸ਼ਰਾਰਤੀ ਬੰਦਿਆਂ ਦੀ ਆ ਜਿਹੜੇ ਆਪਣੇ ਆਪ ਨੂੰ ਵੱਡਾ ਸਾਬਤ ਕਰਨ ਵਾਸਤੇ ਕੰਮ ਕਰ ਰਹੇ ਆ। ਔਰ ਇਸ ਗੱਲ ਦਾ ਉਹ ਜਿਹੜੇ ਲੀਡਰ ਆ ਜਾਂ ਉਹ ਜਿਹੜੇ ਸ਼ਰਾਰਤੀ ਅੰਸਰ ਆ ਵੱਡਾ ਨਹੀਂ ਹੋ ਰਹੇ, ਲੋਕਾਂ ਨੂੰ ਉਹਨਾਂ ਦਾ ਪਤਾ ਲੱਗ ਰਿਹਾ, ਸਾਰੀ ਕੌਮਾਂ ਸਮਝਦੀਆਂ ਚੀਜ਼ ਨੂੰ। ਮੈਂ ਤਾਂ ਤੁਹਾਡੇ ਚੈਨਲ ਰਾਹੀਂ ਅਪੀਲ ਕਰਦਾ ਵਾਂ ਬਈ ਇਹ ਦਿੱਲੀ ਦੇ ਕਈ ਇੱਦਾਂ ਦੇ ਮਹੱਲੇ ਵੀ ਹੈਗੇ ਆ ਜਿੱਥੇ ਹਿੰਦੂ ਸਿੱਖ ਮੁਸਲਮਾਨ ਇੰਨਾ ਭਾਈਚਾਰਾ, ਉਹਨਾਂ ਨੇ ਆਪਣੇ ਏਰੀਏ ਵਿੱਚ ਐਂਟਰ ਨਹੀਂ ਹੁੰਦੇ ਦਸ਼ਾਰਤੀ ਅੰਸਰ, ਉੱਥੇ ਕੋਈ ਨੁਕਸਾਨ ਨਹੀਂ ਹੋਇਆ ਕਿਸੇ ਤਰ੍ਹਾਂ ਦਾ ਵੀ।
ਇੱਦਾਂ ਦੇ ਏਰੀਏ ਦਿੱਲੀ ਹੈਗੇ ਆ। ਦੇਖੋ ਜੀ ਅੱਜ ਦਾ ਜੋ ਯੁੱਗ ਹੈ ਇੰਟਰਨੈਟ ਦਾ ਯੁੱਗ ਹੈ, ਦਿੱਲੀ ਆਪਣੇ ਤੋਂ ਬਹੁਤ ਦੂਰੇ ਜੇਕਰ ਜਾਈਏ ਤਾਂ ਤਕਰੀਬਨ ਇੱਕ ਦਿਨ ਲੱਗ ਜਾਂਦਾ, ਪਰ ਆਪਾਂ ਇੱਥੇ ਬੈਠ ਕੇ ਇੱਕ ਕੀ ਸੰਦੇਸ਼ ਦੇਣਾ ਚਾਹੁੰਦੇ ਦਿੱਲੀ ਵਾਸੀਆਂ ਨੂੰ, ਇੱਕ ਪ੍ਰੇਮ ਭਾਈਚਾਰੇ? ਦੇਖੋ ਮੈਂ ਸਭ ਤੋਂ ਪਹਿਲਾਂ ਤਾਂ ਦਿੱਲੀ ਦੇ ਜਿਹੜੇ ਲੋਕ ਇਸ ਤ੍ਰਾਸਦੀ ਵਿੱਚ ਮਰ ਗਏ ਉਹਨਾਂ ਦੇ ਪਰਿਵਾਰਾਂ ਨੂੰ ਮੈਂ ਆਪਣੇ ਵੱਲੋਂ ਬਹੁਤ ਹੀ ਸਦਭਾਵਨਾ ਔਰ ਦੁੱਖ ਨਾਲ ਪ੍ਰਗਟਾਵਾ ਕਰਦਾ। ਜਿਹੜੀ ਚੀਜ਼ ਆ ਇਹ ਜ਼ਿੰਦਗੀ ਜੋ ਨਹੀਂ ਭੁੱਲ ਸਕਦੇ, 84 ਦੰਗੇ ਹੋਏ ਉਸ ਤੋਂ ਮੇਰੇ ਹੋਸ਼ ਆਹ ਰਾਈਟਸ ਜਿਹੜੇ ਆ ਬਹੁਤ ਵੱਡੇ ਰਾਈਟ ਹੋਏ ਆ। ਇੱਦਾਂ ਦੇ ਰਾਈਟਸ ਜਿਹੜੇ ਨਹੀਂ ਹੋਣੇ ਚਾਹੀਦੇ, ਇੱਦਾਂ ਰਾਈਟਸ ਨੂੰ ਰੋਕਣ ਵਾਸਤੇ ਆਪਾਂ ਸਾਰੇ ਮਿਲ ਜੁਲ ਕੇ ਕੰਮ ਕਰੀਏ। ਔਰ ਮੇਰੀ ਤੁਹਾਡੇ ਚੈਨਲ ਦਾ ਹੀ ਅਪੀਲ ਆ ਪੂਰੇ ਦੇਸ਼ ਨੂੰ ਔਰ ਖਾਸ ਕਰਕੇ ਦਿੱਲੀ ਦੇ ਸਮਾਜ ਦੇ ਬੰਦਿਆਂ ਨੂੰ ਵੀ ਇਸ ਚੀਜ਼ ਨੂੰ ਰੋਕਿਆ ਜਾਵੇ, ਇਸ ਚੀਜ਼ ਨੂੰ ਅੱਗੇ ਨਾ ਵਧਣ ਦਿੱਤਾ ਜਾਵੇ। ਇੰਨਾ ਹੀ ਕਹਿੰਦਾ ਹੋਇਆ ਮੈਂ ਨਕੋਦਰ ਨਿਊਜ਼ ਰਿਪੋਰਟਰ ਦਾ ਬਹੁਤ ਹੀ ਧੰਨਵਾਦੀ। ਦੇਖੋ ਜੀ ਇਹ ਤਾਂ ਅਸੀਂ ਸਮਾਜ ਸੇਵਕ ਗੌਰਵ ਜੈਨ, ਵੱਖ ਵੱਖ ਵਿਸ਼ਿਆਂ 'ਤੇ ਜੋ ਦਿੱਲੀ ਦੇ ਵਿੱਚ ਬਹੁਤ ਹੀ ਘਿਨੌਣੀ ਹਰਕਤਾਂ ਹੋਈਆਂ, ਹਰਕਤਾਂ ਕਿੱਦਾਂ ਕਿ ਕਾਫੀ ਜ਼ਿਆਦਾ ਜੋ ਗੱਡੀਆਂ ਬੱਸਾਂ ਨੂੰ ਅੱਗ ਲਗਾ ਕੇ ਜਲਾ ਦਿੱਤਾ ਗਿਆ, ਉਹ ਅਜੇ ਵੀ ਹਾਲਾਤ ਕਾਫੀ ਜ਼ਿਆਦਾ ਸਥਿਰ ਨਹੀਂ ਹੋਇਆ, ਉਹਨਾਂ ਨਾਲ ਅਸੀਂ ਗੱਲਬਾਤ ਕੀਤੀ। ਧੰਨਵਾਦ।